ਅੱਜ ਮੈਂ ਬਣਾਉਣ ਲੱਗੀ ਹਾਂ ਵੋਲਕੈਨੋ, ਜਿਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਜਵਾਲਾਮੁਖੀ। ਮੈਂ ਪਹਿਲਾਂ ਗੱਤੇ ਦੀ ਪੇਟੀ ਲੈ ਲਈ ਆ, ਜਿਹਨੂੰ ਕੱਟ ਕੇ ਮੈਂ ਜੋੜ ਲਿਆ ਵਾ, ਅਤੇ ਬਿਸਕੁਟਾਂ ਦੀ ਲਈ ਹੈ, ਤੁਸੀਂ ਜਿਹੜੀ ਮਰਜ਼ੀ ਪੇਟੀ ਲੈ ਸਕਦੇ ਹਾਂ। ਇਹ ਬੇਸ ਤਿਆਰ ਕੀਤਾ ਵਾ ਮੈਂ ਪੂਰਾ। ਹੁਣ ਮੈਂ ਇੱਕ ਚਾਰਟ ਪੇਪਰ ਲੈ ਲਿਆ ਹੈ, ਜਿਹਨੂੰ ਮੈਂ ਹੈ ਨਾ ਖੋਲ੍ਹ ਕੇ ਹੁਣ ਇੱਥੇ ਚਿਪਕਾ ਲੈਣਾ ਵਾ। ਮੈਨੂੰ ਹੁਣ ਪੇਸਟ ਕਰ ਦੇਣਾ ਵਾ। ਮੈਂ ਪੇਸਟ ਦੇ ਉੱਪਰ ਚਾਰਟ ਪੇਪਰ ਲਾ ਕੇ ਉਹਨੂੰ ਤਿਆਰ ਕਰ ਲਿਆ। ਹੁਣ ਆਪਾਂ ਵੋਲਕੈਨੋ ਬਣਾਉਣਾ ਸ਼ੁਰੂ ਕਰਾਂਗੇ। ਉਹਦੇ ਲਈ ਪਹਿਲਾਂ ਆਪਾਂ ਨੂੰ ਬੋਤਲ ਚਾਹੀਦੀ ਆ। ਹੁਣ ਆਪਾਂ ਇੱਕ ਬੋਤਲ ਲੈਂਦੀ ਆ, ਹੁਣ ਇਹਨੂੰ ਕੱਟ ਕੇ ਆਪਾਂ ਸੈਂਟਰ ਵਿੱਚ ਚਿਪਕਾ ਦੇਣਾ ਵਾ। ਉਸ ਤੋਂ ਬਾਅਦ ਆਪਾਂ ਉੱਪਰ ਇੱਕ ਗਲਾਸ ਵੀ ਚਿਪਕਾ ਦੇਣਾ ਵਾ, ਜਿਹਦੇ ਵਿੱਚ ਆਪਾਂ ਇਹਨੂੰ ਇਰਪਟ ਕਰਨਾ ਵੋਲਕੈਨੋ ਨੂੰ। ਬੋਤਲ ਨੂੰ ਇਸ ਤਰ੍ਹਾਂ ਆਪਾਂ ਜੋੜ ਲੈਣਾ ਵਾ, ਅਤੇ ਬਾਅਦ 'ਚ ਇਹਦੇ ਉੱਪਰ ਗਲਾਸ ਲਾਉਣਾ ਵਾ। ਉਹ ਮੈਂ ਤੁਹਾਨੂੰ ਵਿਖਾਉਂਦੀ ਹਾਂ ਕਿੱਦਾਂ ਲਾਉਣਾ ਵਾ। ਹੁਣ ਆਪਾਂ ਗਲਾਸ ਨੂੰ ਐਂ ਜੋੜ ਲਿਆ ਵਾ, ਹਜੇ ਇਹਨੂੰ ਚੰਗੀ ਤਰ੍ਹਾਂ ਕਿ ਜੋੜ ਲੈਣਾ ਕਿ ਇਹ ਥੱਲੇ ਨਾ ਡਿੱਗੇ। ਹੁਣ ਨਿਊਜ਼ ਪੇਪਰ ਨੂੰ ਆਪਾਂ ਇਹਦਾ ਸਾਈਡਾਂ 'ਤੇ ਜੋੜ ਲੈਣਾ ਚੰਗੀ ਤਰ੍ਹਾਂ। ਹੁਣ ਆ ਸਾਰੇ ਇੱਦਾਂ ਆਲੇ ਦੁਆਲੇ ਨਿਊਜ਼ ਪੇਪਰ ਲਾ ਲਈਏ, ਅਤੇ ਇਹ ਤਾਂ ਆਪਣਾ ਵੋਲਕੈਨੋ ਬਣ ਗਿਆ ਵਾ। ਹੁਣ ਆਪਾਂ ਇਹਦੇ ਉੱਪਰ ਸਟ੍ਰਿਪਸ ਕੱਟ ਕੇ ਨਿਊਜ਼ ਪੇਪਰ ਦੀ ਉਹ ਆਪਾਂ ਇੱਥੇ ਦੀ ਥੱਲੇ ਤੱਕ ਲਾਉਣੀਆਂ ਨੇ। ਜਿੱਦਾਂ ਇੱਕ ਵਾਰ ਤੁਹਾਨੂੰ ਵਿਖਾ ਦਿੰਦੀ ਹਾਂ, ਇੱਦਾਂ ਦੀ ਸਟਿਚ ਕੱਟਣੀ ਆ ਅਤੇ ਇੱਥੇ ਦੀ ਲਾਉਣੀ ਆ ਇੱਥੇ ਤੱਕ। ਇੱਦਾਂ ਹੀ ਪੂਰਾ ਕਵਰ ਕਰ ਦੇਣਾ ਵਾ, ਫਿਰ ਆਪਾਂ ਇਹਦੇ ਉੱਪਰ ਪੇਂਟਿੰਗ ਕਰਾਂਗੇ। ਹੁਣ ਜਿੱਦਾਂ ਆਪਾਂ ਇਹ ਚਿਪਕਾ ਲਏ ਨੇ, ਹਜੇ ਅੱਧਾ ਕਵਰ ਕਰਨ ਵਾਲਾ ਰਹਿੰਦਾ, ਉਹ ਵੀ ਆਪਾਂ ਕਰ ਦੇਣਾ ਵਾ। ਜਿੱਦਾਂ ਹੋ ਗਿਆ ਸਾਰਾ ਕਵਰ, ਇੱਦਾਂ ਆਪਾਂ ਇੱਧਰ ਵਾਲੀ ਸਾਈਡ ਵੀ ਸਾਰਾ ਕਵਰ ਕਰ ਦੇਣਾ ਵਾ। ਹੁਣ ਜਿੱਦਾਂ ਆਪਾਂ ਇਹਨੂੰ ਸਾਰਾ ਕਵਰ ਕਰ ਲਿਆ ਹੈ, ਤਾਂ ਹੁਣ ਆਪਾਂ ਫਿਰ ਇਹਦੇ ਉੱਪਰ ਪੇਂਟਿੰਗ ਸ਼ੁਰੂ ਕਰਾਂਗੇ। ਹੁਣ ਆਪਾਂ ਇਹਦੇ ਉੱਪਰ ਪਹਿਲਾਂ ਸਾਰੇ ਨਾਲੋਂ ਪਹਿਲਾਂ ਬਰਾਊਨ ਕਵਰ ਕਲਰ ਕਰਾਂਗੇ। ਹੁਣ ਆਪਾਂ ਬਰਾਊਨ ਕਲਰ ਕਰ ਦਿੰਦੇ ਹਾਂ। ਗਲਾਸ ਦਾ ਮੂੰਹ ਜ਼ਿਆਦਾ ਵੱਡਾ ਸੀ, ਇਸ ਕਰਕੇ ਕੋਲਡ ਡਰਿੰਕ ਦੀ ਨਾ ਬੋਤਲ ਦਾ ਉੱਪਰ ਵਾਲਾ ਹਿੱਸਾ ਕੱਟ ਕੇ ਉਹਦੇ ਉੱਪਰ ਚਿਪਕਾ ਦਿੱਤਾ ਹੈ। ਹੁਣ ਮੈਂ ਬਰਾਊਨ ਕਲਰ ਕਰ ਲਿਆ ਹੈ, ਹੁਣ ਮੈਂ ਹੈ ਨਾ ਗ੍ਰੀਨ ਕਲਰ ਕਰਨ ਲੱਗੀ ਹਾਂ। ਹੁਣ ਮੇਰਾ ਵੋਲਕੈਨੋ ਰੈਡੀ ਹੋ ਗਿਆ ਵਾ, ਸਭ ਕੁਛ ਇਹਦੇ ਉੱਪਰ ਡਨ ਆ। ਦੇਖੋ ਹੁੰਦਾ। ਗੁੱਡ ਮਾਰਨਿੰਗ ਫਰੈਂਡਸ, ਹੁਣ ਮੈਂ ਬੋਤਲ ਵਿੱਚ ਵਿਨੀਗਰ ਅਤੇ ਨਾਲੇ ਫੂਡ ਕਲਰਿੰਗ ਮਿਕਸ ਕੀਤਾ ਹੋਇਆ ਹੈ, ਤਾਂ ਹੁਣ ਮੈਂ ਇਹਨੂੰ ਇਹਦੇ 'ਚ ਪਾਵਾਂਗੀ। ਹੁਣ ਮੈਂ ਇਹਦੇ 'ਚ ਇਨੋ ਪਾਵਾਂਗੀ। ਹੁਣ ਆ ਵੇਖੋ ਇਰਪਟ ਹੋ ਰਿਹਾ ਹੈ।